ਚੈਕਿੰਗ ਦੌਰਾਨ ਕਾਫੀ ਅਨਹਜਨਿਕ ਸਮਾਨ ਸੀਗਾ, ਸਮੋਸੇ ਵਗੈਰਾ ਜਿਹੜੇ ਬਣਾ ਰਹੇ ਨੇ ਉੱਥੇ ਆਲੂ ਅਤੇ ਉੱਲੀ ਵਗੈਰਾ ਲਿਖੇ ਹੋਏ ਸੀ। ਔਰ ਹੋਰ ਵੀ ਬੜੀਆਂ ਮਿਸਲੇਨੀਅਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੋਰਨ ਡਿਸੀਜ਼ ਕਰਕੇ ਹੋ ਰਹੀਆਂ, ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੇ ਹਾਂ ਔਰ ਜਿਹੜੀ ਗੰਦੀ ਕਾਰਵਾਈ ਕੀਤੀ ਹੈ। ਬਾਹਰੋਂ ਚਮਕ ਦਮਕ ਮਾਰਦੇ ਇਸ ਢਾਬੇ ਦੇ ਅੰਦਰਲੇ ਹਾਲਾਤ ਵੇਖ ਕੇ ਹੀ ਤੁਸੀਂ ਬਿਮਾਰ ਹੋ ਜਾਓਗੇ। ਤਸਵੀਰਾਂ ਵੇਖ ਸਕਦੇ ਹੋ ਕਿ ਗਲੇ ਸੜੇ ਆਲੂਆਂ ਨਾਲ ਪੱਟਾਂ ਉੱਤੇ ਰੱਖ ਕੇ ਸਮੋਸੇ ਤਿਆਰ ਕੀਤੇ ਜਾ ਰਹੇ ਨੇ, ਜਿਨ੍ਹਾਂ ਨੂੰ ਤੁਸੀਂ ਖਾਣਾ ਤਾਂ ਦੂਰ ਦੀ ਗੱਲ, ਨਾਮ ਲੈਣਾ ਵੀ ਪਸੰਦ ਨਹੀਂ ਕਰੋਗੇ। ਫਿਰੋਜ਼ਪੁਰ 'ਚ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਵਾਲੇ ਰੈਸਟੋਰੈਂਟ ਢਾਬਿਆਂ ਦੇ ਉੱਤੇ ਛਾਪੇਮਾਰੀ ਕਰ ਰਹੀਆਂ ਨੇ। ਦੱਸਦੀ ਕਿ ਜਦੋਂ ਦੱਬੇ ਪੈ ਰਹੇ ਸਿਹਤ ਵਿਭਾਗ ਦੀ ਟੀਮ ਨੇ ਰਾਧੇ ਕ੍ਰਿਸ਼ਨਾ ਨਾਮ 'ਤੇ ਖੁੱਲ੍ਹੇ ਢਾਬੇ 'ਚ ਰੇਡ ਕੀਤੀ ਤਾਂ ਉੱਥੇ ਇਹ ਹਾਲਾਤ ਪਾਏ ਗਏ। ਚਾਰੇ ਪਾਸੇ ਗੰਦਗੀ ਹੀ ਗੰਦਗੀ ਨਜ਼ਰ ਆਈ। ਤੁਰੰਤ ਅਧਿਕਾਰੀਆਂ ਨੇ ਗਲੇ ਸੜੇ ਆਲੂਆਂ ਨੂੰ ਕੂੜੇ 'ਚ ਸੁਟਵਾਇਆ ਅਤੇ ਇਸ ਢਾਬੇ ਦਾ ਚਲਾਨ ਕੱਟ ਦਿੱਤਾ। ਫੂਡ ਇੰਸਪੈਕਟਰ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜਿੱਥੇ ਵੀ ਗੰਦਗੀ ਪਾਈ ਜਾ ਰਹੀ ਹੈ ਉਸ ਦੁਕਾਨਦਾਰ 'ਤੇ ਮੌਕੇ ਦੇ ਉੱਤੇ ਹੀ ਕਾਰਵਾਈ ਕੀਤੀ ਜਾ ਰਹੀ ਆ। ਉਹਨਾਂ ਕਿਹਾ ਕਿ ਲੋਕਾਂ ਦੀ ਸਿਹਤ ਦੇ ਨਾਲ ਹੁੰਦਾ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਹੜੀ ਇੱਥੇ ਰੈਸਟੋਰੈਂਟ ਦੇ ਢਾਬੇ ਦੇ ਵਿੱਚ ਰੇਡ ਪਈ ਹੈ ਸਰ, ਕੀ ਨਾਮ ਹੈ ਸਰ, ਕੀ ਪਾਇਆ ਗਿਆ ਜੀ? ਸਰ ਇਹ ਹੈ ਵੀ ਅੱਜ ਸ਼ਹਿਰ ਦੇ ਵੱਖ ਵੱਖ ਹੋਟਲਾਂ 'ਤੇ, ਰੈਸਟੋਰੈਂਟਾਂ 'ਤੇ, ਢਾਬਿਆਂ 'ਤੇ ਜਿਹੜੇ ਫਾਸਟ ਫੂਡ ਵਾਲੇ ਆ ਉਹਨਾਂ 'ਤੇ ਚੈਕਿੰਗ ਕੀਤੀ ਗਈ ਹੈ ਔਰ DC ਸਾਹਿਬ ਸਿਵਲ ਸਰਜਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈਗੀ ਹੈ ਔਰ ਜਿਹਦੇ ਵਿੱਚ ਜਿਹੜੇ ਵਾਟਰ ਬੋਰਨ ਡਿਸੀਜ਼ ਜਾਂ ਟਾਈਫਾਇਡ ਕਹਿ ਰਹੇ ਆ ਸੈੱਲ ਘੱਟਦੇ ਪਏ ਨੇ ਔਰ ਹੋਰ ਵੀ ਬੜੀਆਂ ਮਿਸਲੇਨੀਅਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੋਰਨ ਡਿਸੀਜ਼ ਕਰਕੇ ਹੋ ਰਹੀਆਂ, ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੇ ਹਾਂ ਔਰ ਜਿਹੜੀ ਗੰਦੀ ਕਾਰਵਾਈ ਕੀਤੀ ਹੈ ਜੀ। ਸਰ ਚੈਕਿੰਗ ਦੌਰਾਨ ਕਾਫੀ ਅਨਹਜਨਿਕ ਸਮਾਨ ਸੀਗਾ, ਸਮੋਸੇ ਵਗੈਰਾ ਜਿਹੜੇ ਬਣਾ ਰਹੇ ਨੇ ਉੱਥੇ ਆਲੂ ਅਤੇ ਉੱਲੀ ਵਗੈਰਾ ਲਿਖੇ ਹੋਏ ਸੀ। ਬਸ ਆਪਣੇ ਇਹਨਾਂ ਨੂੰ ਹਫ਼ਤੇ ਦਾ ਨੋਟਿਸ ਦਿੱਤਾ ਜੀ ਔਰ ਉਹਦੇ ਤਹਿਤ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਹਫ਼ਤੇ ਦਾ। ਇਹਨਾਂ ਕੋਲ ਲਸੰਸ ਦਿਖਾ ਰਹੇ ਆ, ਇਹਨਾਂ ਦੀ ਫੈਮਿਲੀ ਨੇ ਕਿਤੇ ਜਾਣਾ ਸੀਗਾ, ਕਹਿੰਦੇ ਸੀਗਾ ਅਸੀਂ ਟਾਈਮ ਲਿਆ ਲਸੰਸ ਦਿਖਾਉਣ ਦਾ ਔਰ ਲਸੰਸ ਦਿਖਾ ਦੇਣ ਕਿਤੇ। ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਵੇਖ ਕੇ ਸਿਹਤ ਵਿਭਾਗ ਨੇ ਇਸ ਢਾਬੇ ਦਾ ਚਲਾਨ ਕੱਟਿਆ ਤੇ ਦੁਕਾਨਦਾਰ ਨੂੰ ਸਾਫ ਸਫਾਈ ਰੱਖਣ ਦੀ ਚੇਤਾਵਨੀ ਵੀ ਦਿੱਤੀ। ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ, ਪੰਜਾਬੀ ਲੋਕ ਚੈਨਲ।